ਹਾਂਜੀ ਦੋਸਤੋ ਸਵਾਗਤ ਕਰਦਾ ਹਾਂ ਤੁਹਾਡਾ ਸਭ ਦਾ ਸਾਡੇ ਚੈਨਲ ਕੇਐਸ ਸਟਡੀ ਪੁਆਇੰਟ ਦੇ ਵਿੱਚ ਦੋਸਤੋ ਲੈ ਕੇ ਆਏ ਹੋਏ ਨੇ 6ਵੀਂ ਦੇ ਜਮਾਤ ਵਾਲਿਆਂ ਲਈ ਪੰਜਾਬੀ ਦਾ ਪੇਪਰ ਜੋ ਤੁਹਾਡਾ ਟਰਮ 2 ਪ੍ਰੀਖਿਆ ਦੇ ਵਿੱਚ ਹੋਣ ਵਾਲਾ ਹੈ 16 ਜਨਵਰੀ ਦਾ ਪੇਪਰ ਹੈ ਦੋਸਤੋ ਤਾਂ ਕਿ ਵੀਡੀਓ ਦੇ ਲਾਹਤ ਤੱਕ ਮੜਿਆ ਜਾਣਾ ਤਾਂ ਹੀ ਤੁਹਾਨੂੰ ਚੰਗੀ ਤਰ੍ਹਾਂ ਪੇਪਰ ਯਾਦ ਹੋਵੇਗਾ ਤੇ ਤਾਂ ਹੀ ਤੁਹਾਨੂੰ 90/90 ਆ ਜਾਣਗੇ ਪੇਪਰ ਦੇ ਵਿੱਚ ਤੇ ਦੋਸਤੋ ਪੇਪਰ ਨੂੰ ਚੰਗੀ ਤਰ੍ਹਾਂ ਜਰੂਰ ਯਾਦ ਕਰ ਲੈਣਾ ਤੇ ਤੇ ਦੋਸਤੋ ਇਹ ਚੈਨਲ ਤੇ ਨਵੇਂ ਦੋ ਤੁਸੀਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਦੇਣਾ ਇਹ ਹੀ ਪੇਪਰ ਤਾਂ ਨੂੰ ਫਾਈਨਲ ਐਗਜ਼ਾਮ ਦੇ ਵਿੱਚ ਵੇਖਣ ਨੂੰ ਮਿਲਣਗੇ ਤੇ ਦੋਸਤੋ ਤੁਸੀਂ ਵੇਖ ਸਕਦੇ ਹੋ ਪ੍ਰਸ਼ਨ ਨੰਬਰ 1 ਨਿਕਾ ਜਾਂਦਾ ਹੈ ਸੁੰਦਰ ਲਿਖਾਈ ਦੇ 5 ਅੰਕਾਂ ਦਾ ਜਿਵੇਂ ਕਿ ਦੂਜਾ ਕੁਐਸਚਨ ਆ ਜਾਂਦਾ ਹੈ ਹੇਠ ਲਿਖੇ ਪੈਰੇ ਨੂੰ ਪੜ੍ਹੋ ਅਤੇ ਅੱਗੇ ਦਿੱਤੇ ਪ੍ਰਸ਼ਨ ਦੇ ਬਹੁ ਵਿਕਲਪੀ ਉੱਤਰਾਂ ਵਿੱਚੋਂ ਸਹੀ ਉੱਤਰ ਦੀ ਚੋਣ ਕਰੋ ਹਾਂਜੀ ਦੋਸਤੋ ਜਿਵੇਂ ਕਿ ਇਹ ਪੈਰਾ ਪੜ੍ਹਨਾ ਹੈ ਜਿਵੇਂ ਕਿ ਰਾਸ਼ਟਰ ਪਿਤਾ ਦਾ ਪੂਰਾ ਨਾਮ ਮੋਨਦਾਸ ਕਰਮਚੰਦ ਗਾਂਧੀ ਸੀ ਇਹ ਵਾਲਾ ਪੈਰਾ ਪਰ ਕੇ ਪੜ ਕੇ ਤੁਸੀਂ ਨੀਚੇ ਦੇ ਦਿੱਤੇ ਗਏ ਕੁਸ਼ਨਾਂ ਦੇ ਸਹੀ ਅਨਸਰ ਲਿਖ ਲੈਣਾ ਜਿਵੇਂ ਕਿ ਰਾਸ਼ਟਰ ਦਾ ਪੂਰਾ ਨਾਮ ਕੀ ਸੀ ਉੱਤਰ ਆ ਜੀ ਦੋਸਤੋ ਤੁਹਾਡਾ ਆਡਾ ਆਪਸ਼ਨ ਮੋਨਦਾਸ ਕਰਮਚੰਦ ਗਾਂਧੀ ਤੇ ਦੋਸਤੋ ਇਹ ਆਜੂਆ ਰਾਸ਼ਟਰ ਪਿਤਾ ਦਾ ਪੂਰਾ ਨਾਮ ਕੀ ਸੀ ਇਹ ਆਜਾ ਤੁਹਾਡਾ ਤੇ ਅੱਗੇ ਆਜਿਓ ਭਾਰਤ ਨੂੰ ਆਜ਼ਾਦ ਕਰਾਉਣ ਲਈ ਅਗਵਾਈ ਕਿਸ ਨੇ ਕੀਤੀ ਉੱਤਰ ਆ ਜੀ ਦੋਸਤੋ ਤੁਹਾਡਾ ਗਾਂਧੀ ਜੀ ਨੇ ਗਾਂਧੀ ਜੀ ਦੇ ਵਿਚਾਰ ਕਿਹੋ ਜਿਹਾ ਸਨ ਉੱਤੇ ਤੇ ਸੁੱਚੀ ਗਾਂਧੀ ਜੀ ਦੀ ਕੈਣੀ ਤੇ ਕਰਨ ਵਿੱਚ ਕੀ ਨਹੀਂ ਸੀ ਉੱਤਰ ਆ ਜੀ ਦੋਸਤੋ ਅੰਤਰਾ ਗਾਂਧੀ ਜੀ ਜੀਵਨ ਭਰ ਕਿਹੜੇ ਰਸਤੇ ਉੱਤੇ ਚੱਲਦੇ ਰਹੇ ਉੱਤਰ ਆ ਜੀ ਦੋਸਤੋ ਸੱਚਾਈ ਸੱਚਾਈ ਅਤੇ ਅਹਿੰਸਾ ਦੇ ਅੱਗੇ ਦੋਸਤੋ ਅਗਲਾ ਕਵਸਨ ਆ ਜੂ ਹੈ ਹੇਠਾਂ ਲਿਖੇ ਪੈਰਿਆਂ ਨੂੰ ਪੜੋ ਤੇ ਅੱਗੇ ਦਿੱਤੇ ਪ੍ਰਸ਼ਨਾਂ ਦੇ ਉੱਤਰ ਬਹੁ ਵਿਕਲਪੀ ਉੱਤਰਾਂ ਵਿੱਚੋਂ ਸਹੀ ਉੱਤਰ ਦੀ ਚੋਣ ਕਰੋ ਜੋ ਕਿ ਦੋਸਤੋ ਤੁਹਾਡਾ ਆ ਜੂਆ 10 ਅੰਕਾ ਦਾ ਜਿਵੇਂ ਕਿ ਅਜਿੰਦਰ ਕੌਣ ਹੈ ਜੋ ਕਿ ਦੋਸਤੋ ਅੰਤਰਰਾਸ਼ਟਰੀ ਹਾਕੀ ਗਡਾਰਨ ਅਜਿੰਦਰ ਕੌਰ ਦਾ ਕੱਦ ਕਿਹੋ ਜਿਹਾ ਹੈ ਉੱਤਰ ਆ ਜੀ ਦੋਸਤੋ ਦਰਮਿਆਨਾ ਅਜਿੰਦਰ ਕੌਰ ਨੇ ਕਿੰਨੇ ਸਾਲ ਹਾਕੀ ਦੀ ਖੇਡ ਖੇਡੀ ਉੱਤਰ ਆ ਜੀ ਦੋਸਤੋ 15 ਅਜਿੰਦਰ ਕੌਰ ਨੇ ਕਿਸ ਖੇਡ ਵਿੱਚ ਸਭ ਤੋਂ ਵੱਧ ਨਾਮ ਕਮਾਇਆ ਉੱਤਰ ਆ ਜੀ ਦੋਸਤੋ ਸਾਡਾ ਭਾਰਤੀ ਮਹਿਲਾ ਹਾਕੀ ਅਜਿੰਦਰ ਕੌਰ ਦਾ ਜਨਮ ਕਦੋਂ ਹੋਇਆ ਉੱਤਰ ਆ ਜੀ 19 ਜੁਲਾਈ 1951 ਤੇ ਦੋਸਤੋ ਅੱਗੇ ਆ ਜੋ ਕਵਿਤਾ ਦੀ 17 ਪੂਰੀ ਕਰਨ ਹੈ ਨਾ ਜਿਵੇਂ ਕਿ ਸਾਵਾ ਰੰਗ ਤੇਰਾ ਦੱਸੇ ਖੇਤਿਆਂ ਦੇ ਰੰਗ ਨੂੰ ਪੈਣਵਾਣਾ ਕੇਸਰੀ ਸਹੀਦ ਜਾਨ ਜੰਗ ਨੂੰ ਚਿੱਟਾ ਰੰਗ ਤੇਰਾ ਸਾਡਾ ਸ਼ਾਂਤੀ ਦਾ ਵਿਦਾਨ ਹੈ ਇਹ ਦੋਸਤੋ ਕਵਿਤਾਵਾਂ ਦੀ ਪੂਰੀਆਂ ਹੋ ਗਈਆਂ ਹਨ ਤੁਹਾਡੀਆਂ ਤੇ ਅੱਗੇ ਆ ਜੀਓ ਤੁਹਾਡਾ ਪੰਜਵਾਂ ਕੁਸਚਨ ਹੇਠਾਂ ਲਿਖੇ ਪਸੌਦਾਂ ਦਾ ਲਿੰਗ ਬਦਲੋ ਜਿਵੇਂ ਕਿ ਮਾਤਾ ਪਿਤਾ ਮੋਰ ਮੋਰਨੀ ਡੱਬਾ ਡੱਬੀ ਤੇ ਅੱਗੇ ਆ ਜੀਓ ਹੇਠਾਂ ਲਿਖੇ ਸ਼ਬਦਾਂ ਦਾ ਵਚਨ ਬਦਲੋ ਕਿਤਾਬ ਕਿਤਾਬਾਂ ਤਾਰਾ ਤਾਰੇ ਕੁਰਸੀ ਕੁਰਸੀਆਂ ਅੱਗੇ ਜੀ ਤੁਹਾਡਾ ਵਿਰੋਧੀ ਸ਼ਬਦ ਦਾ ਮਿਲਾਨ ਕਰੋ ਜਿਵੇਂ ਕਿ ਅਸਲੀ ਦਾ ਨਕਲੀ ਹਸਨਾ ਦਾ ਰੋਣਾ ਸੱਚ ਦਾ ਝੂਠ ਉੱਪਰ ਥੱਲੇ ਗੋਰਾ ਕਾਲਾ ਤੇ ਦੋਸਤੋ ਅੱਗੇ ਜੋ ਅਗਲਾ ਕੁਐਸਚਨ ਬਹੁਤ ਸਬਦਾਂ ਦੀ ਥਾਂ ਇੱਕ ਸ਼ਬਦ ਲਿਖੋ ਜਿਵੇਂ ਕਿ ਪਹਿਲਾ ਕੁਐਸਚਨ ਆ ਜਾਂਦਾ ਹੈ ਉਹ ਥਾਂ ਜਿੱਤੇ ਪਹਿਲਵਾਨ ਕੋਲ ਕਰਦੇ ਹਨ ਅਖਾੜਾ ਇਸ ਦਾ ਅਨਸਰ ਆਜੂਗਾ ਤੇ ਇੱਕ ਕੰਮ ਤੋਂ ਜੀ ਚੁਰਾਉਣ ਵਾਲਾ ਕੰਮਚੋਰ ਜਿਸ ਸ਼ਬਦ ਦੇ ਅਰਥ ਹੋਣਾ ਸਾਰਤਕ ਇਹ ਟੈਲੀਕਮ ਵਿੱਚੋਂ ਕਿਸੇ ਪੰਜ ਪ੍ਰਸ਼ਨਾਂ ਦੇ ਉੱਤਰ ਦਿਓ। ਦੋਸਤੋ ਉੱਤਰ ਆਜੋ ਪਹਿਲਾ ਜਿਵੇਂ ਕਿ ਕੁਐਸਚਨ ਹੈ ਪਹਿਲਾ ਕੇਸੀ ਰੰਗ ਕਿਸ ਗੱਲ ਨੂੰ ਦਰਸਾਉਂਦਾ ਹੈ? ਜੰਗ ਵਿੱਚ ਸਹੀਦੀ ਪ੍ਰਾਤ ਕਰਨ ਨੂੰ। ਤੇ ਅਗਲਾ ਜੋ ਮਹਾਤਮਾ ਗਾਂਧੀ ਜੀ ਨੇ ਆਪਣੀ ਮਾਂ ਨੂੰ ਕਿਹੜਾ ਵਚਨ ਦਿੱਤਾ ਸੀ? ਵਚਨ ਜਿਹੜੀ ਕਿ ਉੱਤਰ ਆਜੋ ਤੁਹਾਡਾ ਮਾਤਾ ਜੀ ਨੇ ਆਪਣੀ ਮਾਤਾ ਨੂੰ ਵਚਨ ਦਿੱਤਾ ਸੀ ਕਿ ਉਹ ਇੰਗਲੈਂਡ ਜਾ ਕੇ ਕਦੇ మాਸ ਤੇ ਸਰਾਬ ਦਾ ਸੇਵਨ ਨਹੀਂ ਕਰਨਗੇ। ਤੇ ਅੱਗੇ ਆ ਜੀ ਦੋਸਤੋ ਤੁਹਾਡਾ ਦਿੱਜੇ ਤੀਜਾ ਕੁਐਸਚਨ ਬੁੜਾ ਉਹ ਦਾਸ ਕਿਉਂ ਰਹਿੰਦਾ ਸੀ ਉੱਤਰਾ ਜੀ ਤੁਹਾਡਾ ਬੁੜਾ ਇਸ ਕਰਕੇ ਉਦਾਸ ਰਹਿੰਦਾ ਸੀ ਕਿਉਂਕਿ ਉਸ ਨੂੰ ਹਰ ਵੇਲੇ ਮੌਤ ਦਾ ਡਰ ਰਹਿੰਦਾ ਸੀ ਕਿਹੜੀਆਂ ਗੱਲਾਂ ਕਿਵੇਂ ਕਰਦੀਆਂ ਹਨ ਕਿਹੜੀਆਂ ਇੱਕ ਦੂਜੇ ਨਾਲ ਮੂੰਹ ਨਾਲ ਮੂੰਹ ਲਾ ਕੇ ਗੱਲਾਂ ਕਰਦੀਆਂ ਹਨ ਤੇ ਅੱਗੇ ਜੋ ਪੰਜਵਾਂ ਕੁਐਸਚਨ ਇਸ ਪਾਠ ਅਨੁਸਾਰ ਭਗਤ ਕਬੀਰ ਜੀ ਨੇ ਕੀ ਸਿੱਖਿਆ ਦਿੱਤੀ ਉੱਤਰਾ ਜੀ ਦੋਸਤੋ ਤੁਹਾਡਾ ਕਬੀਰ ਜੀ ਨੇ ਨੇਕੀ ਕਰਨੀ ਅਤੇ ਰੱਬ ਵਿੱਚ ਭਰੋਸਾ ਰੱਖਣ ਲਈ ਦੀ ਸਿੱਖਿਆ ਦਿੱਤੀ ਆਪਨੇ ਕਿਹਾ ਕਿ ਮਨੁੱਖ ਨੂੰ ਹੱਥਾਂ ਪੈਰਾਂ ਦੀ ਕਿਰਤ ਕਰਨੀ ਚਾਹੀਦੀ ਹੈ। ਆਪ ਮਨ ਰੱਬ ਵੱਲ ਜੋੜਨਾ ਚਾਹੀਦਾ ਹੈ। ਆਪਣਾ ਮਨ ਰੱਬ ਵੱਲ ਜੋੜਨਾ ਚਾਹੀਦਾ ਸੱਚਾਈ ਦੇ ਰਸਤੇ ਉੱਤੇ ਚੱਲਦਿਆਂ ਜਾਨ ਤੱਕ ਵਾਰ ਦੇਣੀ ਚਾਹੀਦੀ ਹੈ। ਵਿਸਾਖੀ ਦੇ ਮੇਲੇ ਵਿੱਚ ਕਿੰਨੀ ਭੀੜ ਹੈ ਤੇ ਭੀੜ ਸੀ ਤੇ ਲੋਕ ਪਾਲ ਬਨ ਕੇ ਕਿੱਥੇ ਖੜੇ ਸਨ। ਤੇ ਅੱਗੇ ਆ ਜਿਉ ਵਿਸਾਖੀ ਦੇ ਮੇਲੇ ਵਿੱਚ ਕਿੰਨੀ ਭੀੜ ਸੀ ਤੇ ਲੋਕ ਪਾਲ ਬਨ ਕੇ ਕਿੱਥੇ ਖੜੇ ਸਨ। ਉੱਤਰਾਏ ਜੀ ਤੁਹਾਡਾ ਵਿਸਾਖੀ ਦੇ ਮੇਲੇ ਵਿੱਚ ਇੰਨੀ ਭੀੜ ਸੀ ਕਿ ਪੈਰ ਧਰਨ ਦੀ ਥਾਂ ਨਹੀਂ ਸੀ ਲੋਕ ਲੋਕ ਪਾਲ ਬਨ ਕੇ ਲੱਡੂ ਜਲੇਬੇ ਆਦੀ ਮਠਾਈਆਂ ਕੋਲ ਖੜੇ ਸਨ ਸੂਰਜ ਧਰਤੀ ਦਾ ਮੁਖੜਾ ਕਿਵੇਂ ਰਸਾਉਂਦਾ ਹੈ ਸੂਰਜ ਆਪਣੇ ਕਿਨਨ ਨਾਲ ਆਪਣੀ ਧਰਤੀ ਦਾ ਮੁਖੜਾ ਰਸਾਉਂਦਾ ਹੈ ਭਾਈ ਕਣੀਆਂ ਦੀ ਮਾਂ ਨੇ ਉਸ ਨੂੰ ਕੀ ਸਲਾਹ ਦਿੱਤੀ ਭਾਈ ਕਣੀਆਂ ਦੀ ਮਾਂ ਨੇ ਉਸ ਨੂੰ ਸਲਾਹ ਦਿੱਤੀ ਕਿ ਉਹ ਭਾਵੇਂ ਕਿਤੇ ਵੀ ਚੱਲਾ ਜਾਵੇ ਪਰੰਤੂ ਕੋਈ ਵੱਡਾ ਕੰਮ ਕਰੇ ਕੋਈ ਪੰਜ ਮਹਾ ਸ਼ਬਦਾਂ ਜਾਂ ਮੁਹਾਵਰਾ ਨੂੰ ਵਾਕਾਂ ਵਿੱਚ ਵਰਤੋ ਜਿਵੇਂ ਕਿ ਉਸਤਾਦੀ ਕਰਨੀ ਚਲਾਕੀ ਕਰਨੀ ਤੇ ਅੱਖਾਂ ਵਿੱਚ ਰੜਕਣਾ ਭੜਾ ਲੱਗਣਾ ਸਿਰ ਟੜ ਦੀ ਬਾਜੀ ਲਾਉਣਾ ਮਾਤ ਦਾ ਪ੍ਰਵਾਹ ਨਾ ਕਰਨੀ ਸਿਰਫ ਫੇਰਨਾ ਇਨਕਾਰ ਕਰਨਾ ਕੰਨਾਂ ਤੇ ਜੂਨਾ ਸਿਰਕਣੀ ਕੋਈ ਅਸਰ ਨਾ ਅਸਰ ਨਾ ਕਰਨਾ ਖੰਡ ਖੀਰ ਹੋਣਾ ਇੱਕ ਮਿਕ ਹੋਣਾ ਘੋੜੇ ਦੇ ਦੀਵੇ ਬਾਲਣਾ ਖੁਸ਼ੀਆਂ ਬਣਾਉਣਾ ਤੇ ਅੱਗੇ ਆ ਜੀ ਦੋਸਤੋ ਤੁਹਾਡਾ ਕੋਈ ਇੱਕ ਲੇਖ ਲਿਖੋ ਗੁਰੂ ਨਾਨਕ ਦੇਵ ਜੀ ਇਹ ਕਰ ਸਕਦੇ ਹੋ ਤੁਸੀਂ ਜਿਵੇਂ ਕਿ 8 ਅੰਕਾਂ ਦਾ ਇੱਕ ਲੇਖ ਹੈ ਜੋ ਕਿ ਇਸ ਤਰ੍ਹਾਂ ਹੋ ਜਾਏ ਦੋਸਤੋ ਤੁਹਾਡਾ ਜਾਂ ਫਿਰ ਤੁਸੀਂ ਕਰ ਸਕਦੇ ਹੋ ਮੇਰਾ ਸਕੂਲ ਤੇ ਅੱਗੇ ਆ ਜੀ ਤੁਹਾਡੀ ਆਪਣੇ ਸਕੂਲ ਦੇ ਮੁੱਖ ਅਧਿਆਪਕ ਨੂੰ ਬਿਮਾਰੀ ਦੀ ਛੁੱਟੀ ਲਈ ਲੈਣ ਲਈ ਬੇਨਤੀ ਪੱਤਰ ਲਿਖੋ ਉੱਤਰਾ ਜੀ ਦੋਸਤੋ ਤੁਹਾਡਾ ਸੇਵਾ ਵਿਖੇ ਮੁੱਖ ਅਧਿਆਪਕ ਸਾਹਿਬ ਤੁਹਾਡਾ ਸਕੂਲ ਤੇ ਸਾਇਰ ਜਾਂ ਫਿਰ ਪਿੰਡ ਦਾ ਨਾਮ ਜਿੱਥੇ ਤੁਹਾਡਾ ਸਕੂਲ ਹੈ ਸ੍ਰੀ ਮਾਨਜੀਤ ਜੀ ਸਨਿਮਨ ਬੇਨਤੀ ਹੈ ਕਿ ਮੈਂ ਬਿਮਾਰ ਹਾਂ ਇਸ ਕਰਕੇ ਮੈਂ ਅੱਜ ਸਕੂਲ ਨਹੀਂ ਆ ਸਕਦਾ ਕਿਰਪਾ ਕਰਕੇ ਮੈਨੂੰ 2 ਦਿਨ ਦੀ ਛੁੱਟੀ ਦਿੱਤੀ ਜਾਵੇ ਮੈਂ ਆਪ ਦਾ ਬਹੁਤ ਧੰਨਵਾਦੀ ਹੋਵਾਂਗਾ ਆਪ ਦਾ ਅਗਿਆਕਰ ਤੁਹਾਡਾ ਨਾਮ ਰੋਲ ਨੰਬਰ ਤੇ ਜਮਾਤ ਜਾਂ ਫਿਰ ਕਰ ਸਕਦੇ ਹੋ ਤੁਸੀਂ ਆਪਣੇ ਵੱਡੇ ਭਰਾ ਦੇ ਵਿਆਹ ਉੱਤੇ ਬਰਾਤ ਵਿੱਚ ਸ਼ਾਮਲ ਹੋਣ ਲਈ ਆਪਣੇ ਮਿੱਤਰ ਸਹਿਜ ਨੂੰ ਇੱਕ ਚਿੱਤਰ ਇੱਕ ਚਿੱਠੀ ਲਿਖਣੀ ਹੈ ਜਿਵੇਂ ਕਿ ਪ੍ਰੀਖਿਆ ਭਵਨ ਤੁਹਾਡਾ ਸਕੂਲ ਸਹਿਰ ਤੇ ਤਰੀਕਾ ਜੀ ਤੁਹਾਡੀ ਪਿਆਰੀ ਤੁਹਾਡੀ ਸਹੇਲੀ ਦਾ ਨਾਮ ਜਾਂ ਫਿਰ ਮਿੱਤਰ ਦਾ ਨਾਮ ਜਿਵੇਂ ਕਿ ਸੋਭਾ ਇੱਛਾਮਾ ਤੈਨੂੰ ਪਤਾ ਹੈ ਕਿ ਮੇਰੇ ਵੱਡੇ ਭਰਾ ਦਾ ਵਿਆਹ 18 ਦਸੰਬਰ ਜੋ ਕਿ ਦਿਨ ਆਜੂ ਤੁਹਾਡਾ ਐਤਵਾ ਨੂੰ ਹੁਣ ਹੋਣਾ ਨਿਸ਼ਚਿਤ ਹੋਇਆ ਹੈ ਇਸ ਦਿਨ ਬਰਾਤ ਸਵੇਰੇ 6 ਵਜੇ ਚੰਡੀਗੜ੍ਹ ਲਈ ਤੁਰੇਗੀ ਮੈਂ ਚਾਹੁੰਦੀ ਹਾਂ ਕਿ ਤੂੰ ਬਰਾਤ ਵਿੱਚ ਸ਼ਾਮਲ ਹੋ ਕੇ ਸਾਡੀਆਂ ਖੁਸ਼ੀਆਂ ਵਿੱਚ ਵਾਧਾ ਕਰੇ ਇਸ ਸਬੰਧੀ ਮੰਮੀ ਨੇ ਮੈਨੂੰ ਵੀ ਸਹਿਜ ਤੌਰ ਤੇ ਤੈਨੂੰ ਚਿੱਠੀ ਲਿਖਣ ਲਈ ਕਿਹਾ ਹੈ ਸੂਬ ਬਰਾਤ ਵਿੱਚ ਸ਼ਾਮਲ ਹੋਣ ਲਈ ਤੂੰ ਇੱਕ ਰਾਤ ਪਹਿਲੇ ਪਹਿਲਾਂ ਸਾਡੇ ਕੋਲ ਪੁੱਜ ਜਾਵੇਂ ਤਾਂ ਬਧੀਰੇ ਠੀਕ ਹੈ ਅਸੀਂ ਸਾਰੇ ਤੇਰੇ ਨਾਲ ਤੇਰੀ ਉਡੀਕ ਕਰਾਂਗੇ ਤੇਰੀ ਸੇਲੀਮੰਟ ਪ੍ਰੀਤ ਤੇ ਅੱਗੇ ਆ ਜੂ ਹੇਠਾਂ ਲਿਖੇ ਡੱਬੇ ਵਿੱਚ ਸੱਤ ਸਾਰਥਕ ਸ਼ਬਦ ਲਿਖਨੇ ਹਨ ਜੋ ਕਿ ਦੋਸਤੋ ਇਹ ਡੱਬਾ ਹੈ ਇਸ ਵਿੱਚ ਸੱਤ ਸਾਰਥਕ ਲੱਭ ਕੇ ਕੋਈ ਵੀ ਕੋ ਤੁਹਾਡੇ ਜਿਵੇਂ ਕਿ ਸਬਦਾਨਾ ਲਿਖਨੇ ਹਨ ਜਿਵੇਂ ਕਿ ਲੜਾਈ ਆ ਜੋ ਤੁਹਾਡਾ ਜ਼ਰੂਰ ਜ਼ਰੂਰਤ ਕੱਪੜਾ ਧਿਆਨ ਮਟਰ ਵਿਸ਼ਵਾਸ ਹੋਰ ਵੀ ਕੋ ਹੋਰ ਵੀ ਲਿਖ ਸਕਦੇ ਤੁਸੀਂ ਤੇ ਤੁਹਾਨੂੰ ਸੱਤ ਨੰਬਰ ਮਿਲ ਜਾਣਗੇ ਤੇ ਤੇ ਹਾਂਜੀ ਦੋਸਤੋ ਇਹ ਇਹ ਪੇਪਰ ਹੋ ਤੁਹਾਡਾ ਪੂਰਾ ਹੱਲ ਹੋ ਚੁੱਕਾ ਹੈ ਜੇਕਰ ਤੁਹਾਨੂੰ ਹੋਰ ਵੀ ਕੋਈ ਕੁਐਸਚਨ ਪੇਪਰ ਚਾਹੀਦਾ ਤਾਂ ਤੁਸੀਂ ਕਮੈਂਟ ਬਾਕਸ ਦੇ ਵਿੱਚ ਕਮੈਂਟ ਜ਼ਰੂਰ ਕਰ ਦੇਣਾ ਤੇ ਇੰਸਟਾ ਦੇ ਫੋਲੋ ਨਾ ਕਰਨਾ ਭੁੱਲਣਾ ਈਡਿ ਤੁਹਾਨੂੰ ਡਿਸਕਸ਼ਨ ਬਾਕਸ ਵਿੱਚ ਮਿਲ ਜਾਵੇਗੀ ਜਲਦੀ ਤੋਂ ਜਲਦੀ ਉਸਤੇ 1000 ਫਾਲੋਅਰ ਕਰਵਾ ਦਿਓ ਤਾਂ ਕਿ ਤੁਹਾਨੂੰ ਆਪਾਂ ਹੋਰ ਵੀ ਕੋਈ ਕੁਐਸਚਨ ਪੇਪਰ ਤੁਹਾਨੂੰ ਜਲਦੀ ਲੈ ਕੇ ਆਈਏ ਤੇ ਦੋਸਤੋ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਫਾਈਨਲ ਪੇਪਰ ਵੀ ਤੁਹਾਨੂੰ ਇਸੇ ਚੈਨਲ ਤੇ ਵੇਖਣ ਨੂੰ ਮਿਲਣਗੇ ਤੇ ਦੋਸਤੋ ਵੀਡੀਓ ਦੇਖਣ ਲਈ ਧੰਨਵਾਦ ਆਪਾਂ ਮਿਲਦੇ ਹਾਂ ਅਗਲੀ ਵੀਡੀਓ ਵਿੱਚ